ਤੇ ਜਿਹੜਾ ਉਹਨਾਂ ਦੇ ਉੱਤੇ ਜੱਜ ਬਣ ਕੇ ਬੈਠਾ ਹੈ ਹਾਂ ਤੁਸੀਂ ਫੜ ਕੇ ਖਲ ਜਾਊਂਗਾ ਹਾਂਜੀ ਵੈਲਕਮ ਹੈ ਜੀ ਪੰਜਾਬੀਓ ਤੁਹਾਡਾ ਸਾਡੀ ਵਾਰਤਾਲਾਪ ਦੇ ਵਿੱਚ ਸਾਡੀ ਟਾਕ ਚੱਲਦੀ ਹੁੰਦੀ ਹੈ ਅਸੀਂ ਥੋੜ੍ਹੀਆਂ ਬਹੁਤ ਦਿਲ ਦੀਆਂ ਗੱਲਾਂ ਕਰਦੇ ਹੁੰਦੇ ਹਾਂ ਜੋ ਸਾਨੂੰ ਲੱਗਦਾ ਅਸੀਂ ਅਤੇ ਉਹ ਸੋਸ਼ਲ ਮੀਡੀਆ 'ਤੇ ਕਰ ਦਿੰਦੇ ਹਾਂ ਅਪਲੋਡ ਅਤੇ ਕਈਆਂ ਨੂੰ 90% ਬੰਦਿਆਂ ਨੂੰ ਗੱਲ ਚੰਗੀ ਵੀ ਲੱਗਦੀ ਆ ਅਤੇ ਥੋੜ੍ਹਿਆਂ ਨੂੰ ਨਹੀਂ ਚੰਗੀ ਵੀ ਲੱਗਦੀ ਹੈ ਨਾ ਹੁੰਦੇ ਆ ਅਸੀਂ ਮਾਇੰਡ ਨਹੀਂ ਕਰਦੇ ਚੀਜ਼ ਨੂੰ ਅਤੇ ਗੱਲ ਕਰਨੀ ਅਸੀਂ ਆਪਣਾ ਜਿਹੜਾ ਨਿਊ ਆਰਟਿਸਟ ਬੰਦਾ ਹਸਲ ਦੇ ਵਿੱਚ ਗਿਆ ਸੀ MTV 'ਤੇ ਇੱਕ ਸ਼ੋਅ ਆ ਰਿਹਾ ਹਸਲ 3 ਅਤੇ ਉਹਦੇ ਵਿੱਚ ਇੱਕ ਮੁੰਡਾ ਬੌਬ ਬੀ ਰੰਧਾਵਾ ਉਹ ਮੁੰਡੇ ਬਾਰੇ ਗੱਲ ਕਰਨੀ ਆ ਸਡਨਲੀ ਮੁੰਡੇ ਨੂੰ ਗੱਲ ਉਹਦੇ ਬਾਰੇ ਇਹ ਕਰਨੀ ਆ ਪਹਿਲਾਂ ਮੈਂ ਬੋਲਣਾ ਚਾਹੁੰਦਾ ਮੈਨੂੰ ਡਾਊਟ ਹੁੰਦਾ ਸੀਗਾ ਵੀ ਮੁੰਡਾ ਇੰਨਾ ਹਾਈਪ 'ਚ ਹੋ ਗਿਆ ਇੰਨਾ ਫੇਮ ਲੈ ਲਿਆ ਇਹਨੇ ਔਰ ਗਾਣੇ ਵੀ ਵਧੀਆ ਗਾ ਰਿਹਾ ਇਹ ਲਫ਼ਜ਼ ਵੀ ਸੋਹਣੇ ਆ ਮੁੰਡੇ ਦੇ ਵੀ ਹਾਲੇ ਤੱਕ ਕੋਈ 19-21 ਇਹਦੇ ਨਾਲ ਹੋਈ ਕਿਉਂ ਨਹੀਂ ਕਿਉਂਕਿ ਇੱਕ ਤਾਂ ਹੈ ਪੰਜਾਬੀ ਕਿਉਂ ਸਲੀਮ ਫਿਰ ਦੂਜਾ ਉੱਤੋਂ ਦੀ ਪੱਗ ਬੰਨ ਕੇ ਉਹਨੇ ਵਾਰ ਵੀ ਗਾਤੀ ਹੈ ਨਾ ਮੈਂ ਜਦੋਂ ਉਹਨੇ ਸਿੱਧੂ 'ਤੇ ਗਾਣਾ ਗਾਇਆ ਸੀ ਨਾ ਬਾਈ ਅੱਜ ਤੱਕ ਡਰਦੇ ਨੇ ਕਿਸੇ ਨੇ ਐਡਾ ਗਾਣਾ ਕਿਸੇ ਲਈ ਗਾਇਆ ਨੀਗਾ ਸਿੱਧੂ ਲਈ ਐਡੇ ਵਰਡ ਐਡੀ ਸੱਚਾਈ ਨਹੀਂ ਗਾਇਆ ਸੀ ਸ਼ੱਕ ਜਿਹਾ ਉਦੋਂ ਹੀ ਪੈਣ ਲੱਗ ਗਿਆ ਸੀਗਾ ਵੀ ਇਹ ਬੰਦਾ ਤਕੜਾ ਵਧੀਆ ਰਾਈਟਰ ਆ ਤੇ ਇਹਦਾ ਕੁਛ ਕਾਰਨ ਇਹ ਪੰਜਾਬ ਲਈ ਬੋਲਦਾ ਦੂਜੀ ਫਿਰ ਉਹਨੇ ਗਾਤੀ ਵਾਰ ਗਾਤੀ ਉਹਨੇ ਬਾਬਾ ਦੀਪ ਸਿੰਘ ਜੀ ਦੀ ਹੈ ਤੇ ਜਦੋਂ ਗਾਈ ਵਾਰ ਫਿਰ ਉਦੋਂ ਠਣਕਿਆ ਵੀ ਇਹ ਤਾਂ ਇਹ ਸਹੀ ਰਾਹੇ ਚੱਲਦਾ ਵਾ ਤਾਂ ਇਹਨੂੰ ਧੱਕਣਗੇ ਉਹ ਤੁਸੀਂ ਆਹ ਟੌਪਿਕ ਆਪਾਂ ਹੁਣ ਤੇਰੀ ਗੱਲ ਫਿਰ ਕੰਟੀਨਿਊ ਕਰਦੇ ਹਾਂ ਮੈਨੂੰ ਇਹ ਸਾਰਿਆਂ ਨੇ ਜੋ ਸਾਡੀ ਆਹ ਗੱਲ ਸੁਣ ਰਹੇ ਨੇ ਜੋ ਗੱਲ ਮੇਰੀ ਸੁਣ ਰਿਹਾ ਕੋਈ ਵੀ ਜਿੰਨੇ ਵੀ ਉੱਥੇ ਜੱਜ ਬੈਠੇ ਉੱਥੇ ਇੱਕ ਮੁੰਡਾ ਡੀਨੋ ਉਹ ਖਤਰੋਂ ਕੇ ਖਿਲਾੜੀ 'ਚ ਵੀ ਆਇਆ ਸੀ ਉਹ ਰੈਪਰ ਬਹੁਤ ਵਧੀਆ ਉਹਦੀ ਲਿਖਤ ਬਹੁਤ ਸੋਹਣੀ ਆ ਮੁੰਡੇ ਦੀ ਕਾਲੇ ਡੀਨੋ ਦੀ ਕਾਲੇ ਰੰਗ ਦੀ ਕਾਲੇ ਦੇ ਰੰਗ ਪੱਕੇ ਰੰਗ ਦਾ ਵਾ ਅਤੇ ਮੁੰਡਾ ਬਹੁਤ ਸੈਂਸੇਬਲ ਆ ਉਹ ਸੀ ਮਤਲਬ ਅੱਛੀ ਗੱਲ ਕਰਦਾ ਉਹਨੂੰ ਆਪਾਂ ਦੇਖਿਆ ਹੋਇਆ ਬੰਦੇ ਨੂੰ ਅਤੇ ਜਿਹੜਾ ਉਹਨਾਂ ਦੇ ਉੱਤੇ ਜੱਜ ਬਣ ਕੇ ਬੈਠਾ ਹੈਂ ਹਾਂ ਤੁਸੀਂ ਪਕੜ ਕੇ ਖਲ ਜਾਊਂਗਾ ਆਸ਼ੇ ਮੈਂ ਥਲ ਜਾਊਂਗਾ ਹੈਂ ਬਾਦਸ਼ਾਹ ਬਾਦਸ਼ਾਹ ਤੁਸੀਂ ਮਤਲਬ ਦੱਸੋ ਵੀ ਉਹ ਬੰਦਾ ਹੈਗਾ ਇੰਨੇ ਯੋਗਾ ਜਿਹੜਾ ਆਹ ਬੰਦੇ ਨੂੰ ਜੱਜ ਕਰ ਸਕੇ ਜਿਹੜਾ ਆਹ ਬੰਦੇ ਨੂੰ ਐਡੀ ਲਿਖਤ ਨੂੰ ਜੱਜ ਕਰ ਸਕੇ ਤੇ ਉਹਨੂੰ ਉਹਨੂੰ ਮਤਲਬ ਤੁਸੀਂ ਇਵਿਕਟ ਕਰ ਦਿਓ ਬੰਦੇ ਨੂੰ ਹੈਂ ਇਹ ਮੈਂ ਹਾਲੇ ਤੱਕ ਸੋਸ਼ਲ ਮੀਡੀਆ 'ਤੇ ਕੋਈ ਕਿਸੇ ਨੇ ਵੀਡੀਓ ਮੈਂ ਦੇਖੀ ਨਹੀਂ ਹੈਗੀ ਜੋ ਕਿਸੇ ਨੇ ਵੀਡੀਓ ਪਾਈ ਹੋਵੇ ਉਹਦੇ ਪੱਖ ਦੇ ਵਿੱਚ ਵੀ ਹਾਂ ਭਾਈ ਇਹ ਵੀ ਚੀਜ਼ ਹੋ ਸਕਦੀ ਆ ਠੀਕ ਆ ਕੰਪੀਟੀਸ਼ਨ ਅਤੇ ਕੰਪੀਟੀਸ਼ਨ ਪਤਾ ਵੀ ਆ ਬੰਦੇ ਨੇ ਬੰਦਾ ਹਾਰਨਾ ਵੀ ਆ ਜਿੱਤਣਾ ਵੀ ਜ਼ਰੂਰੀ ਨਹੀਂ ਹੈਗਾ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਉਹੀ ਜਿੱਤੂ ਉਹ ਜਿੱਤੇ ਲੇਕਿਨ ਅੱਜ ਕੱਲ੍ਹ ਇਹ ਤਾਂ ਚੀਜ਼ ਪਤਾ ਨਾ ਜਿਹੜੀ ਜਿਹਨੂੰ ਹਾਈਪ ਜ਼ਿਆਦਾ ਮਿਲਦੀ ਆ ਫੇਮ ਜ਼ਿਆਦਾ ਮਿਲਦਾ ਯਾਰ ਤੁਸੀਂ ਤਾਂ ਉਹਨੂੰ ਚੀਮੇ ਨੂੰ ਆਪਣੇ ਹੁਣ ਚੀਮਾ ਫੇਮਸ ਹੋਇਆ ਸੀਗਾ ਉਹਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਭੈਣ ਤੋਂ ਕਨੇਡਾ ਅਮਰੀਕਾ ਦੇ ਵੀਜ਼ੇ ਲਵਾ ਦੇ ਫੇਮਸ ਹੋਇਆ ਸੀ ਤਾਂ ਹੀ ਲਵਾਏ ਨਾ ਫਿਰ ਉਹ ਜਿਹੜਾ ਵੋਟਾਂ 'ਤੇ ਖੜਾ ਸੀ ਕੌਣ ਉਹ ਸ਼ਟਰਾਂ ਨੀਟੂ ਸ਼ਟਰਾਂ ਵਾਲਾ ਉਹਨਾਂ ਨੂੰ ਫਿਰ ਅਗਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਉਹਨਾਂ ਦੇ ਬੋਲੀਵੁੱਡ ਦਿੱਲੀ ਬੋਂਬੇ ਵਾਲਿਆਂ ਦੇ ਵੀ ਕਿੰਨੇ ਉਹ ਡਿਨਚਿਕ ਪੂਜਾ ਫੇਮਸ ਹੋਈ ਸੀ ਸ਼ੋਆਂ ਦੇ ਵਿੱਚ ਸੱਦ ਲਈ ਇੱਕ ਭਖਾਰਨ ਉਹ ਹੋਈ ਸੀਗੀ ਫੇਮਸ ਜਿਹੜਾ ਬੰਦਾ ਸੋਸ਼ਲ ਮੀਡੀਆ 'ਤੇ ਫੇਮਸ ਹੁੰਦਾ ਵਾ ਉਹਨੂੰ ਹਰੇਕ ਕੋਈ ਰੱਖਦਾ ਆਪਦੇ ਨਾਲ ਹੈ ਨਾ ਇਹ ਤਾਂ ਪਹਿਲਾਂ ਚੱਕ ਲੈਂਦੇ ਕੰਪਨੀ ਵਾਲੇ ਤੇ ਸ਼ੋਅ ਦੇ ਵਿੱਚ ਡਿਨਚਿਕ ਪੂਜਾ ਬਿਗ ਬੋਸ ਨੇ ਬੁਲਾ ਲਈ ਸੀ ਹੈ ਉਹ ਭਖਾਰਨ ਦੇ ਇੱਕ ਗਾਣਾ ਗਾਇਆ ਸੀ ਉਹਨੂੰ ਹਮੇਸ਼ ਰਸ਼ਮੀਆਂ ਨੇ ਉਹਦੇ ਨਾਲ ਗਵਾ ਲਿਆ ਸੀਗਾ ਹਾਂ ਤੇ ਉਹਨੇ ਇਹ ਮੁੰਡਾ ਤਾਂ ਆਪਾਂ ਹੁਣ ਦੇਖਦੇ ਹਾਂ ਇਹਦੀ ਕੋਈ ਵੀਡੀਓ ਜਾ ਰਹੀ ਆ ਮਤਲਬ ਨਿਊ ਰੈਪ ਆ ਰਿਹਾ ਜਾਂ ਨਿਊ ਵਾਰ ਗਾ ਰਿਹਾ ਉਹ ਤਾਂ ਉਹ ਕਿੰਨੀ ਹਾਈਪ ਦੇ ਵਿੱਚ ਕਿੰਨੀ ਫੇਮਸ ਹੋ ਰਹੀ ਆ ਸਾਰੇ ਪਾਸੇ ਹੈ ਨਾ ਅਤੇ ਸਡਨਲੀ ਉਹ ਤੁਸੀਂ ਉਹਨੂੰ ਇਵਿਕਟ ਕਰਦੇ ਹੋ ਔਰ ਉਹ ਬੰਦੇ ਖੜ੍ਹੇ ਆ ਸਟੇਜ ਦੇ ਉੱਤੇ ਜਿਹੜੇ ਬੰਦੇ ਨਾਲ ਇਹ ਇਵਿਕਟ ਹੋਇਆ ਨਾ ਮਤਲਬ ਦੋ ਖੜ੍ਹੇ ਸੀ ਪਤਾ ਨਹੀਂ ਮੈਂ ਹਾਲੇ ਪੂਰਾ ਦੇਖਿਆ ਨਹੀਂ ਜਿੱਥੇ ਤੱਕ ਮੈਨੂੰ ਪਤਾ ਦੋ ਬੰਦੇ ਜਿਹੜੇ ਇਵਿਕਟ ਹੋਏ ਨੇ ਇਹਨੂੰ ਇਵਿਕਟ ਕੀਤਾ ਜਾਂਦਾ ਉਹ ਬੰਦੇ ਨੂੰ ਰੱਖ ਲਿਆ ਜਾਂਦਾ ਉਹ ਬੰਦੇ ਦਾ ਕੋਈ ਫੇਮਸ ਦਾ ਚਿਹਰਾ ਦੇਖਿਆ ਹੀ ਨਹੀਂ ਹੈਗਾ ਕਿਸੇ ਨੇ ਉਹ ਤਾਂ ਇੰਨਾ ਫੇਮਸ ਹੋਇਆ ਨਹੀਂ ਹੈਗਾ ਅਗਰ ਤੁਹਾਨੂੰ ਲਿਖਤ ਦੀ ਇੰਨੀ ਹੈਗੀ ਵੀ ਅਸੀਂ ਲਿਖਤ ਲਿਖੀ ਆ ਅਸੀਂ ਉਹਨੂੰ ਜੱਜ ਕਰਦੇ ਹਾਂ ਫਿਰ ਬਾਦਸ਼ਾਹ ਇੰਨਾ ਕੰਪੀਟੈਂਟ ਹੀ ਹੈ ਨਹੀਂ ਗਾ ਮੈਂ ਇਹਦੇ ਲਈ ਦੋ ਰੀਜ਼ਨ ਆ ਇੱਕ ਦੱਸਦਾ ਪਹਿਲਾ ਰੀਜ਼ਨ ਮੈਂ ਮੰਨਦਾ ਵੀ ਬਾਦਸ਼ਾਹ ਹੋਣੀ ਉਹਨੂੰ ਜੱਜ ਕਰਨ ਦੇ ਕਾਬਲ ਨਹੀਂ ਹੈਗੇ ਤਾਂ ਕਰਕੇ
ਬਾਦਸ਼ਾਹ ਹੋਣਾ ਤੋਂ ਉੱਪਰ ਦੀ ਉਹ ਜਾ ਰਿਹਾ, ਇਹਨਾਂ ਨੇ ਕਢਵਾਤਾ, ਸਾਫ਼ ਕਰਾਤਾ ਵੀ ਇਹਨੂੰ ਸਾਫ਼ ਕਰੋ ਜਲਦੀ ਸਾਨੂੰ ਖਾ ਜੂਗਾ। ਹੈਂ ਤੇ ਇਦੋਂ ਵੱਡਾ ਰੀਜ਼ਨ ਮੈਂ ਮੰਨਦਾ ਵਾਂ ਜਿੱਦਣ ਉਹਨੇ ਵਾਰ ਗਾਈ ਹੈ ਉਹ ਚੱਕਦਾ। ਇਹ ਦੋਨੇ ਰੀਜ਼ਨ ਵੈਲਿਡ ਨੇ, ਇਹ ਦੋ ਰੀਜ਼ਨ, ਜਾਂ ਤਾਂ ਬਾਦਸ਼ਾਹ ਉਹਨਾਂ ਨੇ ਗੇਮ ਪਵਾਈ ਆ, ਜਾਂ ਯਾਰ ਜਦੋਂ ਗੇਮ ਪੈਂਦੀ ਆ ਸਿੱਧੂ ਮੂਸੇਵਾਲਾ ਫੇਮਸ ਹੋਇਆ, ਇਹਨੂੰ ਕਿਹੜਾ ਵਾਰਨਿੰਗਾਂ ਨਹੀਂ ਮਿਲੀਆਂ ਸੀਗੀਆਂ, ਭਾਈ ਤੂੰ ਸਾਡੇ ਸਾਡੇ ਵੱਲ ਆ ਜਾ, ਸਾਡੇ ਗਰੁੱਪ 'ਚ ਆ ਜਾ, ਜਿਵੇਂ ਅਸੀਂ ਕਹਿੰਦੇ ਉਵੇਂ ਕਰ, ਸਾਨੂੰ ਆਹ ਗਾਣੇ ਦੇ ਰਾਈਟ ਦੇ ਦੇ, ਉਹਦੇ ਦੇ ਦੇ, ਐਂ ਸੁੱਟਿਆ ਜਾਂਦਾ ਬੰਦੇ ਨੂੰ, ਸਾਈਨ ਕਰਾ ਕੇ ਸੁੱਟਿਆ ਜਾਂਦਾ, ਠੀਕ ਆ। ਮਾੜਾ ਬੰਦਾ ਨਾਲ ਲੱਗ ਜਾਂਦਾ, ਤਕੜਾ ਬੰਦਾ ਸਿੱਧੂ ਮੂਸੇਵਾਲਾ ਵਾਂਗੂ ਉਹ ਖੜ ਜਾਂਦਾ, ਸਟੈਂਡ ਲੈ ਜਾਂਦਾ। ਸਿੱਧੂ ਮੂਸੇਵਾਲਾ ਮਰਦਾ ਗਿਆ, ਲੇਕਿਨ ਬਹੁਤ ਨਵਿਆਂ ਲਈ ਰਾਹ ਵੀ ਖੋਲ੍ਹ ਗਿਆ ਉਹ, ਠੀਕ ਆ। ਉਵੇਂ ਬੋਲੀਵੁੱਡ ਦੇ ਵਿੱਚ ਹੁੰਦਾ ਵਾ, ਯੋ ਹਨੀ ਸਿੰਘ ਬੋਲੀਵੁੱਡ 'ਚ ਗਿਆ, ਦੇਖਿਆ ਨਾਲ ਦਿਆਂ ਨੇ ਵੀ ਸਾਡੇ ਤਾਂ ਰੋਜ਼ੀ ਰੋਟੀ ਬੰਦ ਹੋ ਰਹੀ ਆ, ਸਾਰੇ ਗਾਣੇ ਤਾਂ ਇਹ ਲੈ ਕੇ ਜਾ ਰਿਹਾ, ਟੌਪ ਗਾਣੇ ਕੱਢ ਰਿਹਾ ਵਾ ਇਹ, ਉਹਨੂੰ ਖਤਮ ਕੀਤਾ, ਸਹੀ ਆ, ਉਹਨੂੰ ਖਤਮ ਕੀਤਾ। ਉਸ ਤੋਂ ਫਿਰ ਹੁਣ ਆਹ ਮੁੰਡਾ ਜਿੱਦਾਂ ਆਇਆ ਵਾ, ਸੋਹਣੇ ਗਾਣੇ, ਪੰਜਾਬੀਆਂ ਨੂੰ ਕੀ ਪਸੰਦ ਆ, ਸੱਚ ਪਸੰਦ ਆਉਣ ਲੱਗਿਆ ਹੁਣ ਸਿੱਧੂ ਮੂਸੇਵਾਲ ਤੋਂ ਬਾਅਦ, ਨਹੀਂ ਤਾਂ ਉਹੀ ਆ ਲੋਕਾਂ ਦੇ ਨੱਕ ਨਾਪਦੇ ਫਿਰਦੇ ਸੀ ਨਾ ਬੰਦੇ ਅਤੇ ਸਿੰਗਰ, ਅਤੇ ਹੁਣ ਸੱਚ ਜਿਹੜਾ ਬੰਦਾ ਲਿਖੂਗਾ ਹੁਣ ਦੀ ਲੌਂਗੋਵਾਲੀ ਆ, ਉਹ ਸੱਚ ਲਿਖਣ ਲੱਗਿਆ, ਉਹਨੂੰ ਲੋਕ ਪਸੰਦ ਕਰਨ ਲੱਗੇ ਕਿ ਨਹੀਂ ਲੱਗੇ, ਸਹੀ ਗੱਲ ਹੈ ਨਾ। ਪੰਜਾਬੀਆਂ ਨੂੰ ਕੀ ਹੈ, ਸੱਚ ਪਸੰਦ ਆ, ਜਦੋਂ ਚਾਵਲਾ ਮਾਰਦਾ ਸੀ ਉਦੋਂ ਗਾਲਾਂ ਵੀ ਕੱਢਦੇ ਸਨ, ਪੰਜਾਬੀਆਂ ਨੇ ਚਾਵਲਾਂ ਵੀ ਪਸੰਦ ਕੀਤੀਆਂ ਅਸਲੀ, ਅਤੇ ਉਹ ਸਿੱਧੂ ਮੂਸੇਵਾਲ ਤੋਂ ਬਾਅਦ ਪਤਾ ਲੱਗਿਆ ਆਪਾਂ ਨੂੰ ਯਾਰ ਕੀ ਸੁਣਨਾ, ਹੈ ਨਾ, ਨਹੀਂ ਤਾਂ ਆਪਾਂ ਉਹੀ ਵੀ ਆਹੀ ਚੱਲ, ਆਹੀ ਸਿੰਗਿੰਗ ਆ, ਆਹੀ ਰਾਈਟਿੰਗ ਆ, ਵੀ ਕੁਛ ਵੀ ਤੁਸੀਂ ਬਿਆਨ ਕਰ ਸਕਦੇ ਹੋ ਹਰ ਆਪਦੀ ਲਿਖਤ ਦੇ ਵਿੱਚ, ਉਹ ਚੀਜ਼ ਹੁਣ ਪਤਾ ਲੱਗੀ ਆ। ਹੁਣ ਉਹ ਬੰਦਾ ਇਫੈਕਟ ਕੀਤਾ ਗਿਆ, ਪਤਾ ਨਹੀਂ ਰੀਜ਼ਨ ਕੀ ਹੋ ਸਕਦਾ, ਦੋ ਅਸੀਂ ਆਪਦੇ ਵੱਲੋਂ ਰੀਜ਼ਨ ਦੱਸਦੇ ਹਾਂ, ਇੱਕ ਤਾਂ ਖਾਰ ਖਾਣੀ ਵੀ ਸਾਨੂੰ ਫੇਮਸ ਹੋ ਕੇ ਸਾਨੂੰ ਕੱਟ ਜੂਗਾ, ਇਹ ਖਾ ਜੂ ਸਾਨੂੰ ਖਾ ਜੂਗਾ, ਸਾਨੂੰ ਖਾ ਜੂਗਾ, ਕੱਲ੍ਹ ਸਾਨੂੰ ਫਿਕਰ ਆ ਕੱਲ੍ਹ ਉਹਨੂੰ ਆ ਜਾਣਾ, ਉਹਨੇ ਤਾਂ ਆਪਦੇ ਹਿੱਸੇ ਦਾ ਰਿਜ਼ਕ ਖਾਈ ਜਾਣਾ, ਜਿਹੜਾ ਉਹਨੂੰ ਮਿਲੀ ਜਾਣਾ ਰੱਬ ਨੇ ਲਿਖਿਆ ਉਹਦੇ ਕਰਮਾਂ 'ਚ ਉਹਨੂੰ ਮਿਲੂਗਾ, ਉਹਨੇ ਖਾਣਾ ਵੀ ਆ, ਫੇਮ ਵੀ ਉਹਨੂੰ ਜਿੰਨਾ ਮਿਲਿਆ ਉਹਨੂੰ ਰੱਬ ਵੱਲੋਂ ਜਿੰਨਾ ਦਿੱਤਾ ਗਿਆ ਉਨਾ ਹੀ ਮਿਲ ਜਾਣਾ, ਹੈ ਨਾ, ਕਿਸੇ ਨੇ ਖੋਹ ਨਹੀਂ ਲੈਣਾ। ਲੇਕਿਨ ਪਰ ਸੁੱਟਿਆ ਜਾਂਦਾ ਬੰਦਾ ਹੈ ਬਾਈ, ਨਜ਼ਰ ਲੱਗਦੀ ਹੁੰਦੀ ਆ ਲੋਕਾਂ ਦੀ, ਹੈ ਉਹਦੇ ਲੱਤਾਂ ਖਿੱਚੀਆਂ ਜਾਂਦੀਆਂ ਹੁੰਦੀਆਂ, ਉਹਨੂੰ ਵਾਰਨਿੰਗ ਆਉਣਗੀਆਂ, ਸਾਰਾ ਕੁਛ ਹੋਊਗਾ, ਲੱਤਾਂ ਖਿੱਚੀਆਂ ਗਈਆਂ ਵਾ ਛੱਡਣ ਲਈ। ਯਾਰ ਪਹਿਲੀ ਗੱਲ, ਜੇ ਸ਼ੋਅ ਵਾਲੇ ਵੀ ਆ ਨਾ ਇੰਨੀ ਛੇਤੀ ਨਹੀਂ ਕੱਢ ਦਿੰਦੇ ਏਡੀ ਹਾਈਪ ਵਾਲੇ ਬੰਦੇ ਨੂੰ ਜਿਹੜਾ ਟੌਪ 'ਤੇ ਜਾ ਰਿਹਾ ਹੋਵੇ, ਹਾਂ ਰਨਰ ਅਪ ਰਹਿ ਗਿਆ ਵੱਖਰੀ ਗੱਲ ਹੈ ਨਾ, ਐਂਡ 'ਤੇ ਹਰਾ ਤਾਂ ਉਹ ਗੱਲ ਵੱਖਰੀ, ਚਲੋ ਠੀਕ ਹੈ, ਚਲੋ ਟੌਪ 'ਤੇ ਆ ਕੇ ਖੜੇ ਹੋਏ ਨੇ, ਇੰਨੇ ਖੜੇ ਆ ਸੜੇ ਛੜਾਂਗ ਜੀ, ਉਹ ਲੰਡੂ ਲੰਡੂ ਨਹੀਂ ਚੱਲ ਕਹਿੰਦੇ ਆਪਾਂ, ਸਾਰੇ ਵਧੀਆ ਨੇ, ਕੋਈ ਗੱਲ ਨਹੀਂ, ਬਟ ਉਹਨਾਂ ਤੋਂ ਵਧੀਆ ਇਹ ਸੀਗਾ ਯਾਰ, ਅਤੇ ਜਾਂ ਫਿਰ ਇਹਨਾਂ ਨੇ ਸੱਚ ਜ਼ਿਆਦਾ ਗਾਉਣ ਲੱਗ ਗਿਆ ਮੁੰਡਾ, ਫਿਰ ਮਤਲਬ ਫੇਰ ਕੁਛ ਗਾਊਗਾ, ਕੱਢ ਦੋ ਇਹ, ਫੇਰ ਕੁਛ ਗਾਊਗਾ ਪੰਜਾਬ ਤੇ ਜਾਂ ਕਾਸੇ ਤੇ, ਇਹ ਇਸ ਤੋਂ ਪਹਿਲਾਂ ਆਪਾਂ ਕੱਢ ਦਈਏ ਹੁਣ ਮੁੰਡਾ। ਚਲੋ ਕੋਈ ਗੱਲ ਨਹੀਂ ਯਾਰ, ਅਸੀਂ ਆਪਦੇ ਆਪ ਨੂੰ ਬਹੁਤ ਕੰਟਰੋਲ ਕਰਦੇ ਹਾਂ ਵੀ ਨਾ ਬੋਲੀਏ, ਅਤੇ ਕੰਟਰੋਲ ਕੀਤਾ ਹੀ ਚੰਗਾ, ਕੱਲ੍ਹ ਸਾਡੇ 'ਤੇ ਵੀ ਫਾਇਦਾ ਨਹੀਂ, ਹੈ ਨਾ, ਨਹੀਂ ਆਪੇ ਹੀ ਤਾਂ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਬੋਲਦੇ ਬੈਨ ਵਾਲੀ ਭਾਈ, ਪਤਾ ਨਹੀਂ ਤੇਰੀ ਗੱਲ ਕਿਹਨੂੰ ਕੀ ਫੱਬ ਜਾਣੀ, ਕੀ ਨਹੀਂ ਗਲਤ ਲੱਗ ਜਾਣੀ ਆ, ਕੁਛ ਪਤਾ ਨਹੀਂ ਹੈਗਾ, ਖਬਰਾਂ ਕਈਆਂ ਨੂੰ ਆਪਣੀ ਸ਼ਕਲ ਹੀ ਨਹੀਂ ਪਸੰਦ ਆਉਣੀ ਯਾਰ, ਆ ਫੇਰ ਆ ਗਏ ਮੂਹਰੇ, ਮੈਂ ਤਾਂ ਦਾੜੀ ਕਟਾ ਗਿਆ, ਮੈਂ ਵੀ ਕਟਾਈ ਆ, ਲੇਕਿਨ ਮੈਂ ਲੱਗਦਾ ਉਹ ਜਾ ਨਹੀਂ ਹੈਗਾ, ਅਸੀਂ ਨਹਾਤੇ ਧੋਤੇ ਵੀ ਉਹ ਚੀਜ਼ ਆ, ਬਿਨਾਂ ਨਹਾਤੇ ਧੋਤੇ ਵੀ ਉਹ ਚੀਜ਼ ਆ, ਅਤੇ ਚਲੋ ਕੋਈ ਗੱਲ ਨਹੀਂ, ਆਹ ਸੀਗੀ ਬਾਕੀ ਤੁਸੀਂ ਆਪਦੇ ਪੁਆਇੰਟ ਆਫ ਵਿਊ, ਆਪਦੇ ਰੈਸਲਾ ਜ਼ਰੂਰ ਦਿਓ ਇਹ ਚੀਜ਼ ਦੇ ਉੱਤੇ, ਬਈ ਬੋਬੀ ਰੰਧਾਵਾ ਨੂੰ ਵਧੀਆ ਮੁੰਡਾ ਲਿਖਤ ਦੇ ਵਿੱਚ, ਔਰ ਗਾਉਂਦਾ ਵੀ ਚਲੋ ਠੀਕ ਆ, ਆਵਾਜ਼ ਨਹੀਂ ਸੀ ਕਹਿੰਦੇ ਵੀ ਉਹ ਸਿੱਖਿਆ ਹੋਇਆ, ਹਿਪ ਹੌਪ ਵਾਲੇ ਇੱਦਾਂ ਹੀ ਗਾਉਂਦੇ ਹੁੰਦੇ ਆ, ਮਤਲਬ ਉਹ ਸਿੰਗਰ ਨਹੀਂ ਹੁੰਦੇ, ਉਹ ਸਿਰਫ ਆਪਦੇ ਦਿਲ ਦੇ ਜਜ਼ਬਾਤ ਤੇ ਅਰਾਊਂਡ ਸਰਾਊਂਡਿੰਗ ਜੋ ਸੱਚ ਚੱਲਦਾ ਹੁੰਦਾ ਉਹ ਲਿਖਦੇ ਹੁੰਦੇ ਆ, ਮਤਲਬ ਹੈ ਨਾ, ਹਿਪ ਹੌਪ ਵਾਲਿਆਂ ਦੀ ਆਵਾਜ਼ ਬੂਝ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨਾਂ ਦੀ ਬਸ ਲਿਖਤ ਨਾਲ ਜ਼ਿਆਦਾ ਲੋਕੀ ਜੁੜੇ ਹੁੰਦੇ ਨੇ, ਅਤੇ ਸੱਚ ਗਾਉਂਦੇ ਹੁੰਦੇ ਜ਼ਿਆਦਾ, ਜੋ ਕਿ ਮੁੰਡੇ ਨੇ ਗਾਇਆ ਬਹੁਤ ਸੱਚ ਗਾਇਆ, ਤੇ ਆਪਾਂ ਨੂੰ ਇੱਕ ਪਹਿਲੀ ਇੱਕ ਦੋ ਵੀਡੀਓ ਤੋਂ ਹੀ ਪਸੰਦ ਕਰਨਾ ਸ਼ੁਰੂ ਕਰਤਾ ਸੀ ਜਦੋਂ ਉਹਨੇ ਸਿੱਧੂ ਮੂਸੇਵਾਲਾ ਨੂੰ ਗਾਇਆ, ਲੋਕਾਂ ਨੇ ਸਿੱਧੂ ਨੂੰ ਟ੍ਰਿਬਿਊਟ ਦਿੱਤਾ, ਸਿੱਧੂ ਬਾਈ ਪੱਟ ਤੇ ਥਾਪੀ ਮਾਰੀ, ਬਸ ਟ੍ਰਿਬਿਊਟ ਦਿੱਤਾ, ਡਰਦੇ ਸੀ ਲੋਕੀ, ਉਹ ਡਰਿਆ ਨਹੀਂ, ਉਹਨੇ ਬਹੁਤ ਕੁਝ ਗਿਣਿਆ ਗਾਣੇ 'ਚ, ਗਾਣਾ ਸੁਣਿਓ ਧਿਆਨ ਨਾਲ ਬਹਿ ਕੇ ਨਾ, ਹੈੱਡਫੋਨ ਲਾ ਕੇ ਤੁਸੀਂ ਸੁਣੋਗੇ, ਪਤਾ ਲੱਗੂ ਕਿ ਯਾਰ ਸਿੱਧੀਆਂ ਕਿਹਨੂੰ ਕਿਹਨੂੰ ਕੀ ਕੀ ਕਿਹਾ, ਉਹ ਗਾਣੇ ਦੇ ਵਿੱਚ ਕੀ ਕੀ ਕਹਿ ਗਿਆ, ਦਲੇਰੀ ਚਾਹੀਦੀ ਹੈ ਸਿੱਧੂ ਵਾਂਗੂ, ਹਾਂ ਠੀਕ ਆ। ਉਦੋਂ ਬਾਅਦ 'ਚ ਫਿਰ ਮੁੰਡੇ ਨੇ ਹੋਰ ਵੀ ਇੱਕ ਦੋ ਆਏ ਸੀ, ਮੈਂ ਸੁਣੇ ਆ, ਯਾਦ ਨਹੀਂ ਗਏ ਮੈਨੂੰ, ਉਦੋਂ ਤਾਂ ਪਤਾ ਹੀ ਸੀ ਹੁਣ ਇਹਦਾ ਨੰਬਰ ਲੱਗਣਾ, ਉਦੋਂ ਲੱਗਿਆ ਸੀਗਾ ਵੀ ਪੈਰੀ ਖੜਾ, ਲੋਕਾਂ ਨੂੰ ਇਹ ਮਤਲਬ ਜਤਨਾ ਨਹੀਂ, ਜਤਨਾ ਨਹੀਂ ਕਈ, ਵੈਸੇ ਪੰਜਾਬੀ ਉਹ ਬਹੁਤ ਵੀਡੀਓ ਪਾਉਂਦੇ ਤੁਸੀਂ, ਨਿੱਕੀ ਨਿੱਕੀ ਗੱਲ ਤੇ ਸੜੀ ਜੀ ਕੁੜੀ ਉਹ ਕਰ ਦਿੰਦੀ ਆ, ਚੱਕੋ ਵੀਡੀਓ, ਉਹ ਕੁੜੀ ਇਹ ਕਰ ਦਿੰਦੀ ਆ, ਇੱਕ ਬੰਦੇ ਨੇ
ਇੰਨਾ ਕੁਛ ਪੰਜਾਬੀ ਗਾਈ ਆ ਹਿੰਦੀ ਸ਼ੋਅ ਚ ਜਾ ਕੇ ਸਹੀ ਗੱਲ ਆ ਪੰਜਾਬੀ ਗਾਉਂਦਾ ਰਿਹਾ ਵਾ ਤੇ ਉਹਦੇ ਲਈ ਵੀਡੀਓ ਪਾਉਣੀਆਂ ਚਾਹੀਦੀਆਂ ਯਾਰ ਤੂੰ ਸਪੋਰਟ ਕਰਨੀ ਯਾਰ ਮੈਨੂੰ ਇਹਨਾਂ ਪੰਜਾਬੀਆਂ ਦੀ ਵੀ ਉਹ ਨਹੀਂ ਲੱਗਦੀ ਗੀ ਜੈਸਮੀਨ ਸੈਂਡਲਸ ਗਾਣਾ ਸੁਣਿਆ ਹੱਥ ਚ ਫੜਾ ਦਾਂਗੇ ਹੁਣ ਮੈਂ ਲਵ ਚ ਤਾਂ ਵਰਤਣਾ ਨੀ ਮੂਹਰੇ ਅੱਛਾ ਮੈਂ ਨੀ ਸੁਣਿਆ ਉਹ ਸਿੱਧਾ ਪਾੜ ਕੇ ਹੱਥ ਚ ਫੜਾ ਦਾਂਗੇ ਅੱਛਾ ਗਾਣਾ ਗਾਇਆ ਉਹਨੇ ਹੈ ਤੁਸੀਂ ਨਿੱਕੀ ਜਿਹੀ ਗਲਤੀ ਕਿਸੇ ਨੇ ਕਰਤੀ ਹੋਵੇ ਐਵਿਕਸ਼ਨ ਕਰਕੇ ਵੀ ਬੌਬੀ ਰੰਧਾਵਾ ਐਵਿਕਟ ਕਰਤਾ ਉਹ ਕਰਤਾ ਹਨਾ ਇੱਕ ਦੋ ਪੋਸਟਾਂ ਜ਼ਰੂਰ ਦੇਖੀਆਂ ਮੈਂ ਉਹ ਵੀ ਲਿਖ ਕੇ ਵਾਲੀਆਂ ਲਿਖ ਕੇ ਜਿਹੜੇ ਪਾਉਂਦੇ ਹੁੰਦੇ ਆ ਤੇ ਮੈਂ ਨੀ ਕੋਈ ਵੀਡੀਓ ਦੇਖੀ ਹਾਇਕ ਠੋਕ ਕੇ ਤੁਸੀਂ ਕਮ ਸੇ ਕਮ ਮੁੰਡੇ ਨਾਲ ਸਟੈਂਡ ਅਪ ਕਰੋ ਵੀਡੀਓ ਪਾਓ ਉਹਨੂੰ ਹੌਸਲਾ ਹੋਵੇ ਤਾਂ ਜੋ ਡਿਸਟਰੈਕਟ ਨਾ ਹੋਵੇ ਚੱਜ ਦੇ ਗਾਣੇ ਚੱਜ ਦੀ ਲਿਖਤ ਲੈ ਕੇ ਆਵੇ ਆਈ ਲਿਖਦਾ ਰਹੇ ਹੁਣ ਲੱਗੇ ਵੀ ਲੋਕ ਮੈਨੂੰ ਪਿਆਰ ਕਰਦੇ ਆ ਪਤਾ ਨੀ ਕਿਹੜੇ ਕੰਟਰੈਕਟ ਸਾਈਨ ਕਰਵਾ ਲਏ ਹੋਣੇ ਜਾਂ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਵਾਧੂਗਾ ਅੱਜ ਦੀ ਜਨਰੇਸ਼ਨ ਤੇਜ਼ ਆ ਬਾਈ ਛੇਤੀ ਕੰਟਰੈਕਟ ਸਾਈਨ ਨਹੀਂ ਕਰਦੀ ਵੈਰੀ ਗੁੱਡ ਇਹ ਤਾਂ ਹੋਣਾ ਚਾਹੀਦਾ ਵੈਸੇ ਹਾਂ ਠੀਕ ਤੇ ਉਹਦਾ ਜੈਸਮੀਨ ਸੈਂਡਲਸ ਤੇ ਵੀ ਜਿੱਦਣ ਦਿਮਾਗ ਫਿਰਿਆ ਬੋਲਾਂਗੇ ਉਦੋਂ ਪੰਜਾਬੀ ਕਿੱਥੇ ਗਏ ਨੇ ਗੁਰਦਾਸ ਮਾਨ ਨੇ ਸਿਰਫ ਇੱਕ ਉਹ ਬੋਲਤੀ ਸੀਗੀ ਬੱਤੀ ਬਣਾ ਕੇ ਲੈ ਲਈ ਤੂੰ ਇਹਦੀ ਉਹ ਸਾਈਨ ਬੋਰਡਾਂ ਆਂ ਦੀ ਨਾ ਕਹਿੰਦਾ ਤੂੰ ਬੱਤੀ ਬਣਾ ਲਈ ਇਹਦੀ ਉਹਨੇ ਇੰਨੀ ਗੱਲ ਕਹੀ ਸੀ ਅਸੀਂ ਉਹਨੂੰ ਡਿਫੈਂਡ ਨਹੀਂ ਕਰਦੇ ਠੀਕ ਆ ਅਸੀਂ ਉਹਦੇ ਨਾਲ ਨਹੀਂ ਅਸੀਂ ਉਹਦੇ ਇੱਧਰ ਉੱਧਰ ਨਹੀਂ ਬੱਤੀ ਬਣਾ ਕੇ ਸਿਰਫ ਉਹਨੇ ਇੱਕ ਲਫ਼ਜ਼ ਬੋਲਿਆ ਗਾਲ ਗਾਲ ਤਾਂ ਨਹੀਂ ਕੱਢੀ ਜੈਸਮੀਨ ਸੈਂਡਲ ਫੜਾ ਦਾਂਗੇ ਹਨਾ ਗਾਣਿਆ ਸਿੱਧਾ ਗਾ ਰਹੀ ਸ਼ਰਿਆ ਉਦੋਂ ਤਾਂ ਮੈਂ ਕੋਈ ਪੰਜਾਬੀ ਬੋਲਦਾ ਨਹੀਂ ਦੇਖਿਆ ਮੈਨੂੰ ਸਰ ਮਤਲਬ ਪ੍ਰੋਬਲਮ ਆ ਡਬਲ ਸਟੈਂਡਰਡ ਤੋਂ ਜੇ ਤੁਸੀਂ ਇੰਨੇ ਹੀ ਹੋ ਉਹ ਜੈਸਮੀਨ ਦੇ ਗਾਉਣ ਤੋਂ ਵੀ ਨਹੀਂ ਪ੍ਰੋਬਲਮ ਹੈਗੀ ਤੇ ਜਿੰਨੇ ਤੁਸੀਂ ਗਾਈ ਗਿਆ ਵੀ ਆਪਦਾ ਬਟ ਜੇ ਬੋਲਣਾ ਸਭ ਨੂੰ ਬੋਲੋ ਨਹੀਂ ਬੋਲਣਾ ਤਾਂ ਚੁੱਪ ਸਾਰਿਆਂ ਨੂੰ ਚੁੱਪ ਕਰਕੇ ਗਾਉਣ ਦੋ ਜਿਹੜਾ ਗਾਉਂਦੇ ਆ ਹਨਾ ਜੇ ਨਹੀਂ ਹੁੰਦਾ ਤਾਂ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਲਫ਼ਜ਼ ਭਾਈ ਜੈਸਮੀਨ ਸੈਂਡਲਸ ਦੇ ਉਹਨੂੰ ਤੁਸੀਂ ਕੋਈ ਉਹਦਾ ਸ਼ੋਅ ਫੁੱਲ ਸਟੇਜਾਂ ਤੇ ਫੁੱਲ ਜਾਂਦਾ ਵਾ ਉਹਨੂੰ ਤੁਸੀਂ ਸਿਰ ਮੱਥੇ ਰੱਖਿਆ ਹੋਇਆ ਵਾ ਹੈਂ ਮੈਂ ਤਾਂ ਇੱਥੇ ਉੱਥੇ ਦੇਖਿਆ ਨਹੀਂ ਉਹਨੂੰ ਕੋਈ ਪ੍ਰੋਟੈਸਟ ਕਰਦਾ ਭਾਈ ਤੂੰ ਇਹੋ ਜਿਹੇ ਗਾਣੇ ਗਾਉਣੀਆਂ ਜਾਂ ਉਹ ਕਰਦੀਆਂ ਜਾਂ ਉਹ ਕਰਦੀਆਂ ਆਹ ਲਫ਼ਜ਼ ਤੂੰ ਕਿਵੇਂ ਯੂਜ਼ ਕਰ ਲਿਆ ਤੈਨੂੰ ਸਾਰੇ ਪੰਜਾਬੀ ਸੁਣਦੇ ਜਵਾਕ ਜੱਲਾ ਮੁੰਡੇ ਕੁੜੀਆਂ ਸਾਰੇ ਸੁਣਦੇ ਤੈਨੂੰ ਹੈਨਾ ਤੇ ਚਲੋ ਆਪਦੀ ਆਪਦੀ ਇਹ ਪੁਆਇੰਟ ਆਫ ਵਿਊ ਆਪਦਾ ਦਿਮਾਗ ਆ ਅਸੀਂ ਤਾਂ ਬੋਲਤਾ ਇੰਨਾ ਹੈਨਾ ਨਾਲ ਲਾਈ ਸੀ ਕਿ ਤੁਸੀਂ ਹਲ ਤੱਕ ਮਤਲਬ ਮੁੰਡੇ ਤੇ ਕਿਉਂ ਵੀਡੀਓ ਨਹੀਂ ਪਾਈਆਂ ਪਾਉਣੀਆਂ ਚਾਹੀਦੀਆਂ ਤੇ ਜੇ ਉਹਨੇ ਵਾਰ ਨਾ ਗਾਈ ਹੁੰਦੀ ਚੱਲ ਸਿੱਧੂ ਮੂਸੇ ਵਾਲੇ ਆਪਾਂ ਕਹਿ ਸਕਦੇ ਵੀ ਚੱਲ ਠੀਕ ਆ ਕੋਈ ਗੱਲ ਨਹੀਂ ਜਦੋਂ ਪੰਜਾਬੀਅਤ ਨੂੰ ਮੂਹਰੇ ਲੈ ਕੇ ਆ ਰਿਹਾ ਪੱਗ ਬੰਨ ਕੇ ਮੂਹਰੇ ਸਟੇਜ 'ਤੇ ਆਇਆ ਤਾਂ ਬਸ ਠੀਕ ਆ ਉਹਨੂੰ ਸਪੋਰਟ ਕਰੋ ਸਾਰੇ ਜਾਣੇ ਚਲੋ ਜੀ ਇੰਨਾ ਸੀ ਸਾਡੇ ਵੱਲੋਂ ਅਤੇ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਵੇ ਹੈ ਨਾ ਮਿਲਦੇ ਹਾਂ ਬਸ